ਵੀ ਇੱਕ ਬਜ਼ੁਰਗ ਆ ਜਿਹੜਾ ਕਿ ਦਾਣਾ ਮੰਡੀ ਦੇ ਵਿੱਚ ਰਹਿ ਰਿਹਾ ਜਲਾਲਵਾਲੀ 'ਚ, ਕਾਫੀ ਟਾਈਮ ਤੋਂ ਰਹਿ ਰਿਹਾ ਸੀ, ਲਗਭਗ 3-4 ਮਹੀਨੇ ਤੋਂ। ਅਤੇ ਉਹਨਾਂ ਨੇ ਵਿਚਾਰਿਆਂ ਨੇ ਕੋਸ਼ਿਸ਼ ਤਾਂ ਕਾਫੀ ਕੀਤੀ ਸੀਗੀ ਵੀ ਉਸਦੀ ਦੇਖਭਾਲ ਕੀਤੀ ਜਾਵੇ, ਚਲੋ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਉਹ ਪਰੇਸ਼ਾਨ ਸੀਗਾ, ਕਿਸੇ ਦੀ ਗੱਲ ਨਹੀਂ ਮੰਨਦਾ ਸੀ। ਜਦੋਂ ਸਾਡੀ ਟੀਮ ਦਰਸ਼ਨ ਬਜ਼ੁਰਗਾਂ ਦੇ ਆਸਰਮ ਮਹਿਲ ਕਲਾਂ ਵੱਲੋਂ ਪਤਾ ਚੱਲਿਆ ਤਾਂ ਉਹ ਸਾਰੀ ਗੱਲਬਾਤ ਕਰਕੇ ਵੀਰ ਜਲਾਲ ਨਾਲ, ਬਿੰਦਰ ਜਿਹੜਾ ਵੀਰ ਸਾਡਾ ਜਲਾਲ ਤੋਂ ਆ, ਉਹਨਾਂ ਨਾਲ ਗੱਲਬਾਤ ਕਰਕੇ ਅਤੇ ਸਾਨੂੰ ਮੌਕਾ ਦਿੱਤਾ ਗਿਆ ਸੇਵਾ ਦਾ, ਇੱਥੇ ਸਾਡੀ ਪੂਰੀ ਟੀਮ ਵੱਲੋਂ ਆ ਕੇ ਉਸ ਬਜ਼ੁਰਗ ਨੂੰ ਗੱਲਬਾਤ ਕਰਕੇ ਪਿਆਰ ਦੇ ਨਾਲ ਉਸਨੂੰ ਅਸੀਂ ਆਪਣੇ ਨਾਲ ਇਸ ਟਾਈਮ ਦਰਸ਼ਨ ਬਜ਼ੁਰਗਾਂ ਦੇ ਆਸਰਮ ਵਿਖੇ ਲਿਜਾ ਰਹੇ ਹਾਂ। ਜਿੰਨੀ ਵੀ ਸਾਡੇ ਤੋਂ ਉਹਨਾਂ ਦੀ ਸੇਵਾ ਹੋਈ, ਅਸੀਂ ਵੱਧ ਤੋਂ ਵੱਧ ਚੜ ਕੇ ਉਹਨਾਂ ਦਾ ਇਲਾਜ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਦੀ ਲੋੜ ਹੋਈ ਉਹਨਾਂ ਦੀ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਅਸੀਂ ਸਾਰੇ ਨਗਰ ਪਿੰਡ ਜਲਾਲ ਦਾ, ਜਿੰਨੇ ਸਾਡੇ ਇੱਥੇ ਭੈਣ ਭਰਾ ਬਜ਼ੁਰਗ ਖੜ੍ਹੇ ਨੇ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਸ ਬਜ਼ੁਰਗ ਦੀ ਸੇਵਾ ਦਿੱਤੀ। ਉਹਨਾਂ ਨੇ ਮਤਲਬ ਇਹ ਖਬਰ ਸੁਣੀ ਜਾਂ ਇਹਨਾਂ ਦੀ ਵੀਡੀਓ ਦੇਖ ਕੇ ਉਹ ਸੰਪਰਕ ਕਰਕੇ ਅੱਜ ਉਹ ਆਏ ਇੱਥੇ ਭਰਾ, ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਪਾਰਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਤਿਕਾਰ ਕੀਤਾ। ਮੈਂ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਨੌਜਵਾਨ ਹੋਰ ਅੱਗੇ ਹੁਣ ਤਾਂ ਇਹੋ ਜਿਹਾ ਕੋਈ ਇਨਸਾਨ ਰਹਿ ਹੀ ਨਾ ਜਾਵੇ ਜਿਹੜਾ ਇਸ ਦੁਨੀਆ 'ਤੇ ਜਿਹੜਾ ਕਿ ਲਵਾਰ 'ਚ ਜਾਂ ਕੋਈ ਹਿਸਾਬ ਭੁੱਖਾ ਪਿਆ ਸਕਦਾ। ਮੈਂ ਇਹਨਾਂ ਨੂੰ ਬਹੁਤ ਦਿਲੋਂ ਧੰਨਵਾਦ ਕਰਦਾ, ਸਾਰੀ ਨਗਰਨੀ ਨੂੰ ਬਹੁਤ ਬਹੁਤ ਸ਼ੁਕਰਾਨਾ ਇਹਨਾਂ ਬਬਰ ਸ਼ੇਰਾਂ ਦਾ ਕਿ ਅੱਜ ਅਸੀਂ ਇੱਥੇ ਲੈ ਪਹੁੰਚੇ ਹਾਂ ਲਿਜਾਣ ਲਈ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਲਾਲ ਦੇ ਜਿਹੜੇ ਨਿਵਾਸੀ ਆ, ਉਹਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਅੱਜ ਅਸੀਂ ਬਜ਼ੁਰਗ ਨੂੰ ਲਿਜਾ ਰਹੇ ਹਾਂ। ਅਤੇ ਇੱਕ ਤੁਹਾਡੇ ਮੀਡੀਆ ਥਰੂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਇਸ ਤਰ੍ਹਾਂ ਦੇ ਕੋਈ ਬਜ਼ੁਰਗ ਮਿਲ ਰਹੇ ਆ ਜਾਂ ਗਰੀਬ ਜਾਂ ਮੰਨ ਕੇ ਚਲੋ ਵੀ ਜਿਹੜੇ ਜਜ਼ੀਰਾਂ ਨਾਲ ਜਕੜੇ ਹੋਏ ਨਸ਼ੇ ਦੇ ਆਦੀ ਨੌਜਵਾਨ ਹੋ ਚੁੱਕੇ ਆ, ਉਹਨਾਂ ਦਾ ਕੋਈ ਇਲਾਜ ਨਹੀਂ ਕਿਤੋਂ ਹੁੰਦਾ ਤਾਂ ਸਾਡੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕਰੋ ਅਤੇ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਆ ਜਿਹੜਾ ਇਲਾਜ ਕਰਾਂਗੇ ਅਤੇ ਠੀਕ ਕਰਕੇ ਤੁਹਾਡੇ ਘਰ ਤੱਕ ਪਹੁੰਚਦਾ ਕਰਾਂਗੇ। ਵੀ ਇੱਕ ਬਜ਼ੁਰਗ ਆ ਜਿਹੜਾ ਕਿ ਦਾਣਾ ਮੰਡੀ ਦੇ ਵਿੱਚ ਰਹਿ ਰਿਹਾ ਜਲਾਲਵਾਲੀ 'ਚ, ਕਾਫੀ ਟਾਈਮ ਤੋਂ ਰਹਿ ਰਿਹਾ ਸੀ, ਲਗਭਗ 3-4 ਮਹੀਨੇ ਤੋਂ। ਅਤੇ ਉਹਨਾਂ ਨੇ ਵਿਚਾਰਿਆਂ ਨੇ ਕੋਸ਼ਿਸ਼ ਤਾਂ ਕਾਫੀ ਕੀਤੀ ਸੀਗੀ ਵੀ ਉਸਦੀ ਦੇਖਭਾਲ ਕੀਤੀ ਜਾਵੇ, ਚਲੋ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਉਹ ਪਰੇਸ਼ਾਨ ਸੀਗਾ, ਕਿਸੇ ਦੀ ਗੱਲ ਨਹੀਂ ਮੰਨਦਾ ਸੀ। ਜਦੋਂ ਸਾਡੀ ਟੀਮ ਦਰਸ਼ਨ ਬਜ਼ੁਰਗਾਂ ਦੇ ਆਸਰਮ ਮਹਿਲ ਕਲਾਂ ਵੱਲੋਂ ਪਤਾ ਚੱਲਿਆ ਤਾਂ ਉਹ ਸਾਰੀ ਗੱਲਬਾਤ ਕਰਕੇ ਵੀਰ ਜਲਾਲ ਨਾਲ, ਬਿੰਦਰ ਜਿਹੜਾ ਵੀਰ ਸਾਡਾ ਜਲਾਲ ਤੋਂ ਆ, ਉਹਨਾਂ ਨਾਲ ਗੱਲਬਾਤ ਕਰਕੇ ਅਤੇ ਸਾਨੂੰ ਮੌਕਾ ਦਿੱਤਾ ਗਿਆ ਸੇਵਾ ਦਾ, ਇੱਥੇ ਸਾਡੀ ਪੂਰੀ ਟੀਮ ਵੱਲੋਂ ਆ ਕੇ ਉਸ ਬਜ਼ੁਰਗ ਨੂੰ ਗੱਲਬਾਤ ਕਰਕੇ ਪਿਆਰ ਦੇ ਨਾਲ ਉਸਨੂੰ ਅਸੀਂ ਆਪਣੇ ਨਾਲ ਇਸ ਟਾਈਮ ਦਰਸ਼ਨ ਬਜ਼ੁਰਗਾਂ ਦੇ ਆਸਰਮ ਵਿਖੇ ਲਿਜਾ ਰਹੇ ਹਾਂ। ਜਿੰਨੀ ਵੀ ਸਾਡੇ ਤੋਂ ਉਹਨਾਂ ਦੀ ਸੇਵਾ ਹੋਈ, ਅਸੀਂ ਵੱਧ ਤੋਂ ਵੱਧ ਚੜ ਕੇ ਉਹਨਾਂ ਦਾ ਇਲਾਜ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਦੀ ਲੋੜ ਹੋਈ ਉਹਨਾਂ ਦੀ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਅਸੀਂ ਸਾਰੇ ਨਗਰ ਪਿੰਡ ਜਲਾਲ ਦਾ, ਜਿੰਨੇ ਸਾਡੇ ਇੱਥੇ ਭੈਣ ਭਰਾ ਬਜ਼ੁਰਗ ਖੜ੍ਹੇ ਨੇ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਸ ਬਜ਼ੁਰਗ ਦੀ ਸੇਵਾ ਦਿੱਤੀ। ਉਹਨਾਂ ਨੇ ਮਤਲਬ ਇਹ ਖਬਰ ਸੁਣੀ ਜਾਂ ਇਹਨਾਂ ਦੀ ਵੀਡੀਓ ਦੇਖ ਕੇ ਉਹ ਸੰਪਰਕ ਕਰਕੇ ਅੱਜ ਉਹ ਆਏ ਇੱਥੇ ਭਰਾ, ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਪਾਰਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਤਿਕਾਰ ਕੀਤਾ। ਮੈਂ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਨੌਜਵਾਨ ਹੋਰ ਅੱਗੇ ਹੁਣ ਤਾਂ ਇਹੋ ਜਿਹਾ ਕੋਈ ਇਨਸਾਨ ਰਹਿ ਹੀ ਨਾ ਜਾਵੇ ਜਿਹੜਾ ਇਸ ਦੁਨੀਆ 'ਤੇ ਜਿਹੜਾ ਕਿ ਲਵਾਰ 'ਚ ਜਾਂ ਕੋਈ ਸਭ ਭੁੱਖਾ ਪਿਆ ਸਕਦਾ। ਮੈਂ ਇਹਨਾਂ ਨੂੰ ਬਹੁਤ ਦਿਲੋਂ ਧੰਨਵਾਦ ਕਰਦਾ, ਸਾਰੀ ਨਗਰਨੀ ਨੂੰ ਬਹੁਤ ਬਹੁਤ ਸ਼ੁਕਰਾਨਾ ਇਹਨਾਂ ਬਬਰ ਸ਼ੇਰਾਂ ਦਾ ਕਿ ਅੱਜ ਅਸੀਂ ਇੱਥੇ ਲੈ ਪਹੁੰਚੇ ਹਾਂ ਲਿਜਾਣ ਲਈ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਲਾਲ ਦੇ ਜਿਹੜੇ ਨਿਵਾਸੀ ਆ, ਉਹਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਅੱਜ ਅਸੀਂ ਬਜ਼ੁਰਗ ਨੂੰ ਲਿਜਾ ਰਹੇ ਹਾਂ। ਅਤੇ ਇੱਕ ਤੁਹਾਡੇ ਮੀਡੀਆ ਥਰੂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਇਸ ਤਰ੍ਹਾਂ ਦੇ ਕੋਈ ਬਜ਼ੁਰਗ ਮਿਲ ਰਹੇ ਆ ਜਾਂ ਗਰੀਬ ਜਾਂ ਮੰਨ ਕੇ ਚਲੋ ਵੀ ਜਿਹੜੇ ਜਜ਼ੀਰਾਂ ਨਾਲ ਜਕੜੇ ਹੋਏ ਨਸ਼ੇ ਦੇ ਆਦੀ ਨੌਜਵਾਨ ਹੋ ਚੁੱਕੇ ਆ, ਉਹਨਾਂ ਦਾ ਕੋਈ ਇਲਾਜ ਨਹੀਂ ਕਿਤੋਂ ਹੁੰਦਾ ਤਾਂ ਸਾਡੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕਰੋ ਅਤੇ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਆ ਜਿਹੜਾ ਇਲਾਜ ਕਰਾਂਗੇ ਅਤੇ ਠੀਕ ਕਰਕੇ ਤੁਹਾਡੇ ਘਰ ਤੱਕ ਪਹੁੰਚਦਾ ਕਰਾਂਗੇ।